ਇੱਕ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਲਾੜਾ ਅਤੇ ਲਾੜੀ ਦੋਵੇਂ ਇਸ ਕਾਰ ਦੇ ਵਿੱਚ ਸਵਾਰ ਸੀ ਤੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਇਹ ਕਾਰ ਆਪਣਾ ਸੰਤੁਲਨ ਖੋ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਇਸ ਦੀ ਟੱਕਰ ਇੱਕ ਡਿਵਾਈਡਰ ਦੇ ਨਾਲ ਹੁੰਦੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਕਾਰ ਦਾ ਅਗਲਾ ਟਾਇਰ ਹੈ ਉਹ ਗੱਡੀ ਦੇ ਨਾਲੋਂ ਵੱਖ ਹੋ ਜਾਂਦਾ ਹੈ ਤੇ ਟੱਕਰ ਹੋਣ ਦੇ ਕਾਰਨ ਜੋ ਗੱਡੀ ਤੇ ਏਅਰ ਬੈਗ ਨੇ ਉਹ ਵੀ ਖੁੱਲ ਜਾਂਦੇ ਨੇ। ਤਾਂ ਦੱਸ ਦਈਏ ਕਿ ਮਰਸਡੀਜ਼ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਲਾੜਾ ਅਤੇ ਲਾੜੀ ਦੋਵੇਂ ਹੀ ਖੁਸ਼ੀ ਖੁਸ਼ੀ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਇਹ ਮਰਸਡੀਜ਼ ਕਾਰ ਆਪਣਾ ਸੰਤੁਲਨ ਖੋ ਬੈਂਦੀ ਹੈ। ਪਹਿਲਾਂ ਇਸ ਦੀ ਟੱਕਰ ਡਿਵਾਈਡਰ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਗੱਡੀ ਦਾ ਟਾਇਰ ਖੁੱਲ ਜਾਂਦਾ ਹੈ। ਤਾਂ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਹੀ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਏਅਰ ਬੈਗ ਖੁੱਲੇ ਹੋਏ ਨੇ, ਟਾਇਰ ਵੀ ਜੋ ਹੈ ਉਹ ਸੜਕ ਤੇ ਨਿਕਲ ਕੇ ਵੱਖ ਹੋਇਆ ਹੈ ਕਾਰ ਦੇ ਨਾਲੋਂ ਤੇ ਗੱਡੀ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਭੰਨਿਆ ਗਿਆ। ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਲਾੜਾ ਅਤੇ ਲਾੜੀ ਦੇ ਨਾਲ ਜੋ ਹੋਰ ਵੀ ਇਸ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਦੂਸਰੀ ਗੱਡੀ ਰਾਹੀਂ ਇੱਥੋਂ ਰਵਾਨਾ ਕੀਤਾ ਗਿਆ। ਤਾਂ ਸੰਗਰੂਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਲਾੜਾ ਅਤੇ ਲਾੜੀ ਦੋਵੇਂ ਇਸ ਕਾਰ ਦੇ ਵਿੱਚ ਸਵਾਰ ਸੀ ਤੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਇਹ ਕਾਰ ਆਪਣਾ ਸੰਤੁਲਨ ਖੋ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਇਸ ਦੀ ਟੱਕਰ ਇੱਕ ਡਿਵਾਈਡਰ ਦੇ ਨਾਲ ਹੁੰਦੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਕਾਰ ਦਾ ਅਗਲਾ ਟਾਇਰ ਹੈ ਉਹ ਗੱਡੀ ਦੇ ਨਾਲੋਂ ਵੱਖ ਹੋ ਜਾਂਦਾ ਹੈ ਤੇ ਟੱਕਰ ਹੋਣ ਦੇ ਕਾਰਨ ਜੋ ਗੱਡੀ ਤੇ ਏਅਰ ਬੈਗ ਨੇ ਉਹ ਵੀ ਖੁੱਲ ਜਾਂਦੇ ਨੇ। ਤਾਂ ਦੱਸ ਦਈਏ ਕਿ ਮਰਸਡੀਜ਼ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਲਾੜਾ ਅਤੇ ਲਾੜੀ ਦੋਵੇਂ ਹੀ ਖੁਸ਼ੀ ਖੁਸ਼ੀ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਇਹ ਮਰਸਡੀਜ਼ ਕਾਰ ਆਪਣਾ ਸੰਤੁਲਨ ਖੋ ਬੈਂਦੀ ਹੈ। ਪਹਿਲਾਂ ਇਸ ਦੀ ਟੱਕਰ ਡਿਵਾਈਡਰ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਗੱਡੀ ਦਾ ਟਾਇਰ ਖੁੱਲ ਜਾਂਦਾ ਹੈ। ਤਾਂ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਹੀ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਏਅਰ ਬੈਗ ਖੁੱਲੇ ਹੋਏ ਨੇ, ਟਾਇਰ ਵੀ ਜੋ ਹੈ ਉਹ ਸੜਕ ਤੇ ਨਿਕਲ ਕੇ ਵੱਖ ਹੋਇਆ ਹੈ ਕਾਰ ਦੇ ਨਾਲੋਂ ਤੇ ਗੱਡੀ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਭੰਨਿਆ ਗਿਆ ਹੈ। ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਲਾੜਾ ਅਤੇ ਲਾੜੀ ਦੇ ਨਾਲ ਜੋ ਹੋਰ ਵੀ ਇਸ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਦੂਸਰੀ ਗੱਡੀ ਰਾਹੀਂ ਇੱਥੋਂ ਰਵਾਨਾ ਕੀਤਾ ਗਿਆ। ਤਾਂ ਸੰਗਰੂਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਲਾੜਾ ਅਤੇ ਲਾੜੀ ਦੋਵੇਂ ਇਸ ਕਾਰ ਦੇ ਵਿੱਚ ਸਵਾਰ ਸੀ ਤੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਇਹ ਕਾਰ ਆਪਣਾ ਸੰਤੁਲਨ ਖੋ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਇਸ ਦੀ ਟੱਕਰ ਇੱਕ ਡਿਵਾਈਡਰ ਦੇ ਨਾਲ ਹੁੰਦੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਕਾਰ ਦਾ ਅਗਲਾ ਟਾਇਰ ਹੈ ਉਹ ਗੱਡੀ ਦੇ ਨਾਲੋਂ ਵੱਖ ਹੋ ਜਾਂਦਾ ਹੈ ਤੇ ਟੱਕਰ ਹੋਣ ਦੇ ਕਾਰਨ ਜੋ ਗੱਡੀ ਤੇ ਏਅਰ ਬੈਗ ਨੇ ਉਹ ਵੀ ਖੁੱਲ ਜਾਂਦੇ ਨੇ। ਤਾਂ ਦੱਸ ਦਈਏ ਕਿ ਮਰਸਡੀਜ਼ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਲਾੜਾ ਅਤੇ ਲਾੜੀ ਦੋਵੇਂ ਹੀ ਖੁਸ਼ੀ ਖੁਸ਼ੀ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਦੋਂ ਵਾਪਸੀ ਕਰ ਰਹੇ ਸੀ ਤਾਂ ਅਚਾਨਕ ਹੀ ਇਹ ਮਰਸਡੀਜ਼ ਕਾਰ ਆਪਣਾ ਸੰਤੁਲਨ ਖੋ ਬੈਂਦੀ ਹੈ। ਪਹਿਲਾਂ ਇਸ ਦੀ ਟੱਕਰ ਡਿਵਾਈਡਰ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਗੱਡੀ ਦਾ ਟਾਇਰ ਖੁੱਲ ਜਾਂਦਾ ਹੈ। ਤਾਂ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਹੀ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਏਅਰ ਬੈਗ ਖੁੱਲੇ ਹੋਏ ਨੇ,
ਟਾਇਰ ਵੀ ਜੋ ਹੈ ਉਹ ਸੜਕ ਤੇ ਨਿਕਲ ਕੇ ਵੱਖ ਹੋਇਆ ਹੈ ਕਾਰ ਦੇ ਨਾਲੋਂ ਤੇ ਗੱਡੀ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਭੰਨਿਆ ਗਿਆ। ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਲਾੜਾ ਅਤੇ ਲਾੜੀ ਦੇ ਨਾਲ ਜੋ ਹੋਰ ਵੀ ਇਸ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਦੂਸਰੀ ਗੱਡੀ ਰਾਹੀਂ ਇੱਥੋਂ ਰਵਾਨਾ ਕੀਤਾ ਗਿਆ ਤਾਂ ਸੰਗਰੂਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ।